ਪੰਜਾਬੀ ਸਿਨੇਮਾ ਦੇ ਵਿੱਚ ਜਿੱਥੇ ਆਏ ਦਿਨ ਨਵੇਂ ਨਵੇਂ ਐਕਟਰਸ ਅਤੇ ਐਕਟ੍ਰੈਸਿਸ ਆਪਣਾ ਬਾਲੀਵੁੱਡ ਡੈਬਿਊ ਕਰਦੇ ਨੇ, ਉੱਥੇ ਇਸ ਸਾਲ ਅਸੀਂ ਪੰਜਾਬੀ ਸਿਨੇਮਾ ਦੇ ਵਿੱਚ ਨਵੀਆਂ ਨਵੀਆਂ ਜੋੜੀਆਂ ਵੀ ਵੇਖਾਂਗੇ। ਅਤੇ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹੀ ਦੱਸਾਂਗੇ ਕਿ ਕਿਹੜੀ ਜੋੜੀ ਸਾਨੂੰ ਕਿਸ ਪੰਜਾਬੀ ਫਿਲਮ ਦੇ ਵਿੱਚ ਨਜ਼ਰ ਆਏਗੀ। ਅਤੇ ਆਓ ਜੀ ਸ਼ੁਰੂਆਤ ਕਰਦੇ ਹਾਂ ਅਸੀਂ ਆਪਣੀ ਇਸ ਲਿਸਟ ਦੇ ਵਿੱਚ। ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲਾ ਨਾਮ ਹੈ ਜੀ ਪੰਜਾਬੀ ਸਿੰਗਰ ਗੁਰਨਾਮ ਭੁੱਲਰ ਐਂਡ ਪੰਜਾਬੀ ਐਕਟ੍ਰੈਸ ਸੋਨਮ ਬਾਜਵਾ ਦੀ ਆਉਣ ਵਾਲੀ ਨਵੀਂ ਪੰਜਾਬੀ ਫਿਲਮ ਸੁਰਖੀ ਬਿੰਦੀ ਦਾ। ਗੁਰਨਾਮ ਭੁੱਲਰ ਜੋ ਕਿ ਇਸ ਆਉਣ ਵਾਲੀ ਪੰਜਾਬੀ ਫਿਲਮ ਦੇ ਨਾਲ ਆਪਣਾ ਫਿਲਮੀ ਡੈਬਿਊ ਕਰ ਰਹੇ ਨੇ, ਉੱਥੇ ਗੁਰਨਾਮ ਭੁੱਲਰ ਨੇ ਸੁਰਖੀ ਬਿੰਦੀ ਫਿਲਮ ਬਾਰੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਕਈ ਫਿਲਮਾਂ ਦੇ ਆਫਰ ਆਏ, ਪਰ ਉਹਨਾਂ ਨੇ ਇਹਨਾਂ ਫਿਲਮਾਂ ਨੂੰ ਇਹ ਕਹਿ ਕੇ ਨਾ ਕਰ ਦਿੱਤੀ ਕਿਉਂਕਿ ਉਹਨਾਂ ਦਾ ਕਨਸੈਪਟ ਅਤੇ ਸਟੋਰੀ ਲਾਈਨ ਡਿਫਰੈਂਟ ਨਹੀਂ ਸਨ, ਅਤੇ ਇਸ ਫਿਲਮ ਦਾ ਸਟੋਰੀ ਲਾਈਨ ਅਤੇ ਜੌਨਰ ਬਹੁਤ ਹੀ ਜ਼ਿਆਦਾ ਡਿਫਰੈਂਟ ਹੈ। ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਵਿਜੇ ਸਿੰਘ ਅਰੋੜਾ ਵੱਲੋਂ ਡਾਇਰੈਕਟੋਰੀਅਲ ਫਿਲਮ ਦੇ ਵਿੱਚ ਨਜ਼ਰ ਆਉਣਗੇ। ਉੱਥੇ ਹੀ ਅਸੀਂ ਉਮੀਦ ਕਰ ਰਹੇ ਹਾਂ ਕਿ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਆਪਣੀ ਐਕਟਿੰਗ ਸਕਿੱਲਸ ਦੇ ਨਾਲ ਤਾਂ ਸਾਨੂੰ ਐਂਟਰਟੇਨ ਕਰਨਗੇ ਹੀ, ਉੱਥੇ ਉਹ ਸਾਨੂੰ ਇਸ ਫਿਲਮ ਦੇ ਵਿੱਚ ਕਪਲ ਗੋਲਸ ਵੀ ਦੇਣਗੇ। ਸੈਕਿੰਡ ਵਨ ਔਨ ਦਿਸ ਲਿਸਟ ਇਜ਼ ਆਰ ਟਰਬਨੇਟਰ ਤਰਸੇਮ ਜੱਸੜ ਐਂਡ ਆਰ ਪੰਜਾਬੀ ਬਿਊਟੀ ਨਿਮਰਤ ਖਹਿਰਾ। ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਨੇ ਕੁਛ ਦਿਨ ਪਹਿਲਾਂ ਹੀ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਅਫਸਰ ਦੀ ਅਨਾਊਂਸਮੈਂਟ ਕੀਤੀ ਸੀ। ਇਹਨਾਂ ਹੀ ਨਹੀਂ, ਨਿਮਰਤ ਖਹਿਰਾ ਨੇ ਇਸ ਫਿਲਮ ਦੇ ਡਾਇਰੈਕਟਰ ਗੁਲਸ਼ਨ ਸਿੰਘ ਅਤੇ ਤਰਸੇਮ ਜੱਸੜ ਦੇ ਨਾਲ ਇੱਕ ਪਿਕਚਰ ਵੀ ਸ਼ੇਅਰ ਕੀਤੀ ਸੀ, ਜਿਸ ਦੇ ਵਿੱਚ ਨਿਮਰਤ ਖਹਿਰਾ ਇੱਕ ਬ੍ਰਾਈਡਲ ਲੁੱਕਸ ਦੇ ਵਿੱਚ ਨਜ਼ਰ ਆ ਰਹੇ ਨੇ। ਅਤੇ ਉਹਨਾਂ ਦੀ ਇਸ ਬ੍ਰਾਈਡਲ ਲੁੱਕਸ ਬਾਰੇ ਤਾਂ ਅਸੀਂ ਇਹੀ ਕਹਾਂਗੇ ਕਿ ਨਿਮਰਤ ਖਹਿਰਾ ਵਾਕਈ ਇਸ ਬ੍ਰਾਈਡਲ ਲੁੱਕ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਨੇ। ਉੱਥੇ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਗੁਲਸ਼ਨ ਸਿੰਘ। ਲਾਸਟ ਬਟ ਨਾਟ ਲੀਸਟ ਇਸ ਲਿਸਟ ਦੇ ਵਿੱਚ ਨਾਮ ਹੈ ਜੀ ਪੰਜਾਬੀ ਇੰਡਸਟਰੀ ਦੇ ਆਲਰਾਊਂਡਰ ਗਿੱਪੀ ਗਰੇਵਾਲ ਐਂਡ ਸਰਗੁਣ ਮਹਿਤਾ ਦਾ। ਰੀਸੈਂਟਲੀ ਹੀ ਇਹਨਾਂ ਦੋਨਾਂ ਸੁਪਰ ਸਟਾਰਸ ਦੀ ਇੱਕ ਆਉਣ ਵਾਲੀ ਪੰਜਾਬੀ ਫਿਲਮ ਦੀ ਅਨਾਊਂਸਮੈਂਟ ਹੋਈ ਹੈ, ਅਤੇ ਇਸ ਫਿਲਮ ਦਾ ਨਾਮ ਹੈ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ, ਅਤੇ ਇਹ ਫਿਲਮ ਰਿਲੀਜ਼ ਹੋਵੇਗੀ ਜੂਨ 2019 ਦੇ ਵਿੱਚ। ਉੱਥੇ ਗਿੱਪੀ ਗਰੇਵਾਲ ਐਂਡ ਸਰਗੁਣ ਮਹਿਤਾ ਇੰਡੀਵਿਜੁਅਲੀ ਕਈ ਸੁਪਰਹਿੱਟ ਪੰਜਾਬੀ ਫਿਲਮਾਂ ਦਾ ਪਾਰਟ ਰਹਿ ਚੁੱਕੇ ਨੇ, ਅਤੇ ਅਸੀਂ ਵੀ ਇਹੀ ਉਮੀਦ ਕਰ ਰਹੇ ਹਾਂ ਕਿ ਜਿੱਥੇ ਇਹ ਜੋੜੀ ਅਸੀਂ ਪਹਿਲੀ ਵਾਰ ਸਿਲਵਰ ਸਕਰੀਨ 'ਤੇ ਦੇਖਾਂਗੇ, ਉੱਥੇ ਇਹ ਜੋੜੀ ਸਾਨੂੰ ਆਪਣੀ ਅਦਾਕਾਰੀ ਦੇ ਨਾਲ ਐਂਟਰਟੇਨ ਵੀ ਕਰੇਗੀ। ਔਨ ਦੈਟ ਨੋਟ ਫਰੈਂਡਸ, ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਹ ਦੱਸੋ ਕਿ ਤੁਹਾਡਾ ਕੀ ਕਹਿਣਾ ਹੈ ਇਹਨਾਂ ਜੋੜੀਆਂ ਬਾਰੇ। ਨਾਲ ਹੀ ਤੁਸੀਂ ਸਾਨੂੰ ਲਾਈਕ, ਸ਼ੇਅਰ, ਕਮੈਂਟ ਕਰਕੇ ਇਹ ਦੱਸੋ ਕਿ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ। ਅਤੇ ਅਜਿਹੇ ਇੰਟਰਸਟਿੰਗ ਨਿਊਜ਼ ਅਤੇ ਵੀਡੀਓਜ਼ ਦੇ ਲਈ ਸਾਡੇ ਗੱਭਰੂ ਯੂਟਿਊਬ ਚੈਨਲ ਨੂੰ ਤਾਂ ਤੁਸੀਂ ਸਬਸਕ੍ਰਾਈਬ ਕਰੋ ਹੀ, ਅਤੇ ਅਜਿਹੇ ਨਿਊਜ਼ ਦੀ ਨੋਟੀਫਿਕੇਸ਼ਨ ਦੇ ਲਈ ਥੱਲੇ ਦਿੱਤੇ ਗਏ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰੋ। ਅਤੇ ਹੁਣ ਤੁਸੀਂ ਗੱਭਰੂ TV ਲਾਈਵ ਨੂੰ ਆਪਣੇ ਐਂਡਰੋਇਡ ਫੋਨਸ 'ਤੇ ਵੀ ਵੇਖ ਸਕਦੇ ਹੋ। ਉਸ ਦੇ ਲਈ ਤੁਸੀਂ ਆਪਣੀ ਪਲੇ ਸਟੋਰ ਦੇ ਵਿੱਚ ਜਾ ਕੇ ਸਾਡੀ ਗੱਭਰੂ ਐਪ ਨੂੰ ਜ਼ਰੂਰ ਡਾਊਨਲੋਡ ਕਰੋ।